ਵਿਆਹ ਤੋਂ ਪਹਿਲਾਂ ਮੁੱਕਰ ਗਿਆ ਲਾੜਾ, ਕੁੜੀ ਵਾਲੇ ਪੈਲਸ 'ਚ ਕਰਦੇ ਰਹੇ ਇੰਤਜ਼ਾਰ, ਪਰ ਨਹੀਂ ਪਹੁੰਚੀ ਲਾੜੇ ਦੀ ਬਾਰਾਤ। ਲਾੜਾ ਲਾੜੀ ਤੋਂ ਲੈ ਚੁੱਕਾ ਸੀ 20 ਤੋਂ 25 ਲੱਖ। ਤਾਂ ਦੱਸ ਦਈਏ ਕਿ ਇੱਕ ਲੜਕਾ ਲੜਕੀ ਜੋ ਕਿ 3 ਸਾਲਾਂ ਤੋਂ ਰਿਲੇਸ਼ਨ ਦੇ ਵਿੱਚ ਸੀ ਅਤੇ ਵਿਆਹ ਦੇ ਬੰਧਨ ਦੇ ਵਿੱਚ ਬੱਝਣ ਜਾ ਰਹੇ ਸੀ, ਪਰ ਵਿਆਹ ਵਾਲੇ ਦਿਨ ਲਾੜੇ ਦੀ ਬਰਾਤ ਪੈਲਸ ਦੇ ਵਿੱਚ ਪਹੁੰਚਦੀ ਹੀ ਨਹੀਂ ਅਤੇ ਨਾ ਹੀ ਉਹ ਇਹਨਾਂ ਦੇ ਫੋਨ ਚੁੱਕਦੇ ਨੇ। ਜਿਸ ਤੋਂ ਬਾਅਦ ਪੈਲਸ ਦੇ ਵਿੱਚ ਮੌਜੂਦ ਕੁੜੀ ਵਾਲੇ ਕਈ ਸਮੇਂ ਤੱਕ ਉਹਨਾਂ ਦਾ ਇੰਤਜ਼ਾਰ ਕਰਦੇ ਨੇ, ਪਰ ਫਿਰ ਵੀ ਲਾੜੇ ਦੀ ਬਰਾਤ ਉੱਥੇ ਨਹੀਂ ਪਹੁੰਚਦੀ। ਤਾਂ ਦੱਸ ਦਈਏ ਕਿ ਪੂਰਾ ਮਾਮਲਾ ਨਵਾਂ ਸ਼ਹਿਰ ਤੋਂ ਸਾਹਮਣੇ ਆਇਆ, ਜਿੱਥੇ ਲੜਕੀ ਨੇ ਦੱਸਿਆ ਕਿ ਲਖਵੀਰ ਸਿੰਘ ਦੇ ਨਾਲ ਉਹ ਪਿਛਲੇ 3 ਸਾਲਾਂ ਤੋਂ ਰਿਲੇਸ਼ਨ ਦੇ ਵਿੱਚ ਸੀ। ਫਿਰ ਦੋਨਾਂ ਪਰਿਵਾਰਾਂ ਦੀ ਸਹਿਮਤੀ ਦੇ ਨਾਲ ਉਹਨਾਂ ਦਾ ਵਿਆਹ ਤੈਅ ਹੋਇਆ ਸੀ ਅਤੇ ਸਭ ਕੁਝ ਵਧੀਆ ਚੱਲ ਰਿਹਾ ਸੀ। ਪਰ ਵਿਆਹ ਤੋਂ ਇੱਕ ਦਿਨ ਪਹਿਲਾਂ ਮੁੰਡੇ ਦਾ ਉਸਨੂੰ ਫੋਨ ਆਉਂਦਾ ਤਾਂ ਉਹ ਗੱਲ ਕਰਕੇ ਕਹਿੰਦਾ ਕਿ ਉਸਦੀ ਮਾਂ ਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਹੈ। ਜਿਸ ਤੋਂ ਬਾਅਦ ਉਸਨੇ ਇਹ ਸਾਰੀ ਗੱਲ ਆਪਣੇ ਪਰਿਵਾਰ ਨੂੰ ਦੱਸੀ ਅਤੇ ਉਸਦੇ ਪਿਤਾ ਮੁੰਡੇ ਦੇ ਘਰ ਜਾਂਦੇ ਨੇ ਜੋ ਕਿ ਬਰਨਾਲਾ ਦੇ ਠੀਕਰੀਵਾਲ ਪਿੰਡ ਦੇ ਰਹਿਣ ਵਾਲੇ ਨੇ ਅਤੇ ਇਹਨਾਂ ਨੇ ਉਸਦੇ ਪਿਤਾ ਦੇ ਅੱਗੇ ਗੇਟ ਬੰਦ ਕਰ ਦਿੱਤਾ ਅਤੇ ਨਾਲ ਕਿਹਾ ਕਿ ਤੁਸੀਂ ਤਾਂ ਧੰਦਾ ਕਰਨ ਵਾਲੇ ਹੋ। ਜਿਸ ਤੋਂ ਬਾਅਦ ਉਹਨਾਂ ਦੇ ਪਰਿਵਾਰ ਦੇ ਨਾਲ ਕੁੱਟਮਾਰ ਵੀ ਹੋਈ ਅਤੇ ਇਸ ਸੰਬੰਧੀ ਉਹਨਾਂ ਨੇ ਪੁਲਿਸ ਨੂੰ ਵੀ ਸੂਚਿਤ ਕੀਤਾ। ਤਾਂ ਪੁਲਿਸ ਨੇ ਕਿਹਾ ਕਿ ਤੁਸੀਂ ਵਿਆਹ ਦੀ ਤਿਆਰੀ ਕਰੋ, ਅਸੀਂ ਲਾੜੇ ਸਮੇਤ ਬਰਾਤ ਲੈ ਕੇ ਪਹੁੰਚਾਂਗੇ। ਪਰ ਕਈ ਸਮਾਂ ਉਡੀਕਣ ਤੋਂ ਬਾਅਦ ਵੀ ਕੋਈ ਇੱਥੇ ਨਹੀਂ ਆਉਂਦਾ ਅਤੇ ਨਾ ਹੀ ਇਹਨਾਂ ਦਾ ਫੋਨ ਚੱਕਦਾ। ਇਸ ਸੰਬੰਧੀ ਲੜਕੀ ਨੇ ਦੱਸਿਆ ਕਿ ਮੁੰਡਾ ਆਰਮੀ ਦੇ ਵਿੱਚ ਭਰਤੀ ਹੈ। ਅਤੇ ਲੜਕੇ ਵੱਲੋਂ ਉਸਨੂੰ ਕੋਰਟ ਮੈਰਿਜ ਕਰਾਉਣ ਲਈ ਕਿਹਾ ਗਿਆ ਸੀ, ਪਰ ਉਸਨੇ ਕਿਹਾ ਕਿ ਉਸਨੇ ਤਾਂ ਵਿਆਹ ਹੀ ਕਰਵਾਉਣਾ ਅਤੇ ਨਾਲ ਹੀ ਲੜਕੀ ਨੇ ਕਿਹਾ ਕਿ ਮੁੰਡੇ ਨੇ ਉਸ ਤੋਂ ਕਈ ਵਾਰ ਪੈਸੇ ਲਏ ਅਤੇ ਹੁਣ ਤੱਕ ਉਹ 20 ਤੋਂ 25 ਲੱਖ ਰੁਪਇਆ ਉਸ ਤੋਂ ਲੈ ਚੁੱਕਿਆ। ਅਤੇ ਨਾਲ ਹੀ ਲੜਕੀ ਨੇ ਕਿਹਾ ਕਿ ਅਸੀਂ ਕਈ ਸਮੇਂ ਤੱਕ ਇਹਨਾਂ ਨੂੰ ਉਡੀਕਦੇ ਰਹੇ ਅਤੇ ਹੁਣ ਅਸੀਂ ਰਿਸ਼ਤੇਦਾਰਾਂ ਨੂੰ ਕੀ ਜਵਾਬ ਦੇਵਾਂਗੇ। ਜਿਸ ਤੋਂ ਬਾਅਦ ਹੁਣ ਲੜਕੀ ਵਾਲੇ ਇਨਸਾਫ ਦੀ ਮੰਗ ਕਰ ਰਹੇ ਨੇ। ਹਾਂਜੀ, ਜਸਵੀਰ ਕੌਰ ਆ ਮੇਰਾ ਨਾਮ, ਮੈਂ ਪਿੰਡ ਸੜੋਏ ਤੋਂ ਸੜੋਏ ਦੀ ਰਹਿਣ ਵਾਲੀ ਹਾਂ ਅਤੇ ਮੇਰਾ ਅੱਜ ਵਿਆਹ ਵਾ 12 ਮਾਰਚ 2024 ਨੂੰ ਅਤੇ ਮੁੰਡੇ ਦਾ ਨਾਮ ਲਖਵੀਰ ਸਿੰਘ ਆ, ਬਰਨਾਲਾ ਠੀਕਰੀਵਾਲ ਪਿੰਡ ਆ ਉਹਨਾਂ ਦਾ ਅਤੇ ਮੁੰਡੇ ਦੇ ਡੈਡੀ ਦਾ ਨਾਮ ਮੱਖਣ ਸਿੰਘ ਆ, ਮੁੰਡਾ ਆਰਮੀ ਦੇ ਵਿੱਚ ਆ ਅਤੇ 12 ਮਾਰਚ ਦਾ ਮਤਲਬ ਵਿਆਹ ਸਾਡਾ ਸਾਰਾ ਹੀ ਤੈਅ ਹੋਇਆ ਸੀਗਾ, ਮਤਲਬ ਸਾਰੇ ਦੋਨਾਂ ਦੇ ਪਰਿਵਾਰਾਂ ਵੱਲੋਂ ਸਹਿਮਤੀ ਸੀਗੀ ਅਤੇ ਵਿਆਹ ਤੋਂ ਮਾਈਓ ਤੋਂ ਇੱਕ ਦਿਨ ਪਹਿਲਾਂ ਉਸ ਮੁੰਡੇ ਨੇ ਮਨਾ ਕਰ ਦਿੱਤਾ ਕਿ ਹਾਂ, ਮਨਾ ਵੀ ਨਹੀਂ ਕੀਤਾ, ਉਹਨੇ ਇਹੀ ਗੱਲ ਬੋਲੀ ਆ ਕਿ ਮੇਰੀ ਮੰਮੀ ਨਹੀਂ ਮੰਨਦੀ ਹੈਗੀ। ਉਸ ਤੋਂ ਬਾਅਦ ਉਹਦਾ ਫੋਨ ਬੰਦ ਹੋ ਗਿਆ, ਉਹਨੇ ਗੱਲ ਨਹੀਂ ਕੀਤੀ। ਜਦੋਂ ਅਸੀਂ ਕੋਈ ਨਵੇਂ ਨੰਬਰ ਤੋਂ ਫੋਨ ਲਾਉਂਦੇ ਹਾਂ ਮੋਹਰੇ ਦੀ, ਉਹ ਫੋਨ ਬੰਦ ਕਰੀ ਜਾਂਦਾ ਵਾ, ਬੀਜੀ ਕਰੀ ਜਾਂਦਾ ਵਾ ਨਵੇਂ ਨੰਬਰ ਤੋਂ। ਫਿਰ ਅਸੀਂ ਜਦੋਂ ਉਹਨਾਂ ਦੇ ਘਰੇ ਗਏ ਹਾਂ ਅਤੇ ਉਹਨਾਂ ਦੀ ਫੈਮਿਲੀ ਵਿੱਚ ਜਿੱਦਾਂ ਮੰਮੀ ਨੇ, ਮੇਰੇ ਬ੍ਰਦਰ ਆ ਭਾਅ ਜੀ, ਅਤੇ ਉਹਨਾਂ ਨੇ ਦਰਵਾਜ਼ਾ ਜਿੱਦਾਂ ਉਹਨਾਂ ਨੇ ਖੜਕਾਇਆ ਅਤੇ ਉਹਨਾਂ ਨੇ ਬੋਲਿਆ ਵੀ ਅਸੀਂ ਗੱਲ ਕਰਨੀ ਆ ਬੈਠ ਕੇ ਹੀ ਸਿਰਫ, ਤੁਹਾਡੇ ਨਾਲ ਕੋਈ ਇੱਦਾਂ ਦੀ ਗੱਲ ਨਹੀਂ ਹੋਈ ਸੀਗੀ। ਉਹਨਾਂ ਦੇ ਡੈਡੀ ਨੇ, ਲਖਵੀਰ ਸਿੰਘ ਦੇ ਡੈਡੀ ਨੇ, ਮੱਖਣ ਸਿੰਘ ਨੇ ਮੰਮੀ ਦੇ ਮੂੰਹ 'ਤੇ ਦਰਵਾਜ਼ਾ ਮਾਰਿਆ ਵੀ ਅਸੀਂ ਕੋਈ ਗੱਲ ਨਹੀਂ ਕਰਨੀ, ਤੁਸੀਂ ਤਾਂ ਧੰਦਾ ਕਰਨ ਵਾਲੇ ਹਾਂ। ਉਹਨਾਂ ਨੇ ਇਹ ਗੱਲ ਬੋਲੀ, ਫਿਰ ਉਸ ਤੋਂ ਬਾਅਦ ਮੰਮੀ ਦਰਵਾਜ਼ਾ ਖੜਕਾਉਣ ਲੱਗੀ, ਉਹਨਾਂ ਨੇ ਦਰਵਾਜ਼ਾ ਨਹੀਂ ਖੋਲਿਆ। ਫਿਰ ਮੰਮੀ ਨੇ ਤਾਂ ਬੋਲਿਆ ਕਾਫੀ ਉਹਨਾਂ ਨੂੰ, ਪਰ ਉਹਨਾਂ ਨੇ ਦਰਵਾਜ਼ਾ ਨਹੀਂ ਖੋਲਿਆ, ਉਹਨਾਂ ਨੇ ਅੰਦਰ ਬਹਿ ਗਈ, ਅੰਦਰ ਫੋਨ ਫਾਨ ਕੀਤੇ ਆ ਅਤੇ ਉਹਨਾਂ ਨੇ ਆਲੇ ਦੁਆਲੇ ਫੋਨ ਕਰਕੇ ਇਹ ਲੋਕਾਂ ਨੂੰ ਮਤਲਬ ਕਾਫੀ ਸੱਦ ਲਿਆ ਆਲੇ ਦੁਆਲੇ ਮੁਹੱਲੇ 'ਚ। ਇਹ 10 ਤਰੀਕ ਦੀ, 10 ਤਰੀਕ ਸਵੇਰੇ 8 ਵਜੇ ਦੀ ਉਹਨਾਂ ਨੇ ਤਾਂ ਮੁਹੱਲੇ ਵਾਲਿਆਂ ਨੂੰ ਸੱਦਿਆ ਅਤੇ ਜਦੋਂ ਮੁਹੱਲੇ ਵਾਲੇ ਉਹਨਾਂ ਦੇ ਆ ਗਏ ਇਕੱਠੇ, ਪਹਿਲਾਂ ਤਾਂ ਉਹ ਬੈਠੇ ਰਹੇ, ਕਿਸੇ ਨੇ ਕੁਛ ਨਹੀਂ ਬੋਲਿਆ। ਉਹਦੀ ਮੰਮੀ ਕਹਿੰਦੀ ਵੀ ਸਾਡਾ ਮੁੰਡਾ ਤਾਂ ਕਹਿੰਦਾ ਮੈਂ ਬੇਕਸੂਰ ਹਾਂ, ਵੀ ਮੇਰਾ ਕੋਈ ਤਾਲੁਕ ਨਹੀਂ ਆ। ਜਦੋਂ ਮੈਂ ਉਹਨਾਂ ਦੀ ਮੰਮੀ ਨੂੰ ਕਿਹਾ ਜੇ ਤੁਹਾਡਾ ਮੁੰਡਾ ਇੰਨੀ ਗੱਲ ਕਹਿਣ ਰਿਹਾ, ਮੇਰਾ ਫੋਨ ਚੱਕੇ ਇੱਕ ਵਾਰੀ ਗੱਲ ਕਵੇ, ਸਾਰਾ ਕੁਛ ਹੋਇਆ ਉਹਨੇ, ਸਾਰੀ ਗੱਲ ਹੋਈ ਆ, ਵੀ ਉਹ ਕਿੱਦਾਂ ਮੁੱਕਰ ਸਕਦਾ ਤੁਸੀਂ ਰਿਸ਼ਤਾ ਕਿਵੇਂ ਹੋਇਆ ਰਿਸ਼ਤਾ, ਮਤਲਬ ਉਹ ਖੁਦ ਉਹਨੇ ਸਾਰਾ ਤੈਅ ਕਰਵਾਇਆ ਸੀ, ਦੋਨਾਂ ਪਰਿਵਾਰਾਂ ਵੱਲੋਂ ਹੀ ਹੋਇਆ ਸੀ ਸਹਿਮਤੀ। ਕੋਈ ਲਵ ਮੈਰਿਜ ਵੀ ਸੀ? ਹਾਂਜੀ, ਲਵ ਮੈਰਿਜ ਸੀਗੇ, ਪਰ ਦੋਨਾਂ ਪਰਿਵਾਰਾਂ ਦੀ ਸਹਿਮਤੀ ਨਾਲ ਹੀ ਹੋਇਆ ਸੀਗਾ। ਪਹਿਲਾਂ ਉਹਨਾਂ ਦੀ ਫੈਮਿਲੀ ਨਾਲ ਹੀ ਗੱਲ ਹੋਈ ਸੀ, ਫਿਰ ਇੱਧਰ ਫੈਮਿਲੀ ਨਾਲ ਗੱਲ ਹੋਈ। ਕਿੰਨੇ ਸਾਲ ਤੁਸੀਂ ਰਿਲੇਸ਼ਨ 'ਚ ਰਹੇ ਉਹਨਾਂ ਦੇ? 3 ਸਾਲ ਦੇ ਵਿੱਚ। ਥੋੜ੍ਹੀ ਜਾਣਕਾਰੀ ਕਿੱਦਾਂ ਹੋਈ ਉਹਨਾਂ ਦੇ ਨਾਲ?
ਜਾਣ ਪਛਾਣ ਜਿੱਦਾਂ ਮਤਲਬ ਉਹਨਾਂ ਦੀ ਸਿਸਟਰ ਆ, ਉਹਨਾਂ ਦੇ ਥਰੂ ਹੀ ਗੱਲ ਹੋਈ ਸੀਗੀ। ਫਿਰ ਔਨਲਾਈਨ ਅਸੀਂ ਬਿਜ਼ਨਸ ਕਰਦੇ ਸੀ ਸ਼ੇਅਰ ਚੈਟ ਵੈਬਸਾਈਟ 'ਤੇ, ਉਹਦੇ 'ਤੇ ਮੈਂ ਕੰਮ ਕਰਦੀ ਸੀਗੀ, ਮੇਰੀ ਏਜੰਸੀ ਸੀਗੀ ਖੁਦ ਦੀ, ਉਹ ਨਾਲੇ ਜਿੱਦਾਂ ਕੰਮ ਕਰਦੇ ਸੀਗੇ, ਕਾਫੀ ਟਾਈਮ ਕੰਮ ਕੀਤਾ ਸੀ। ਅਤੇ ਉਸ ਤੋਂ ਬਾਅਦ ਮਤਲਬ ਉਹਨੇ ਇਹੀ ਕਿਹਾ ਮੈਨੂੰ ਦਸੰਬਰ ਦੇ ਵਿੱਚ ਵੀ, ਉਹਨੇ ਲਾਸਟ ਦਸੰਬਰ ਮੰਥ ਦੇ ਵਿੱਚ ਉਹਨੇ ਮੈਨੂੰ ਇਹ ਬੋਲਿਆ 2023 'ਚ ਜਸ ਵੀ ਆਪਾਂ ਮੈਰਿਜ ਕਰਵਾ ਲੈਂਦੇ, ਕੋਰਟ ਮੈਰਿਜ ਕਰਵਾਉਂਦੇ ਹਾਂ। ਪਰ ਮੈਂ ਉਹਨੂੰ ਕਿਹਾ ਕਿ ਨਹੀਂ, ਮੈਂ ਕੋਰਟ ਮੈਰਿਜ ਨਹੀਂ ਕਰਵਾਉਣੀ, ਵਿਆਹ ਕਰਵਾਉਣਾ ਵਾ ਵੀ ਆਪਣੇ ਘਰ ਵੀ ਤੂੰ ਗੱਲ ਕਰ ਲੈ ਇਹ, ਮੈਂ ਵੀ ਆਪਣੇ ਘਰ ਗੱਲ ਕਰ ਲੈਂਦੀ ਹਾਂ। ਅਤੇ ਉਹਨਾਂ ਨੇ ਇਹ ਗੱਲ ਬੋਲੀ ਆ ਕਿ ਠੀਕ ਆ ਵੀ ਮੈਂ ਆਪਣੇ ਘਰ ਵੀ ਗੱਲ, ਮੇਰੇ ਘਰ ਦੇ ਤਾਂ ਮੰਨੇ ਹੋਈ ਆ ਵੀ ਤੂੰ ਆਪਣੇ ਘਰ ਗੱਲ ਕਰ ਲੈ। ਮੈਂ ਕਿਹਾ ਹੁਣ ਤੂੰ ਆਪੇ ਇਹ ਗੱਲ ਕਰ ਲਈ ਵੀ ਮੈਂ ਨਹੀਂ ਗੱਲ ਕਰਨੀ ਹੈਗੀ। ਫਿਰ ਮੈਂ ਆਪਣੀ ਮੰਮੀ ਨੂੰ ਦੱਸਿਆ ਸੀ ਇੱਦਾਂ ਕਰਕੇ। ਫਿਰ ਉਸ ਤੋਂ ਬਾਅਦ ਮੈਂ ਆਪਣੀ ਮੰਮੀ ਦੀ ਗੱਲ ਉਹਨਾਂ ਨਾਲ ਕਰਵਾਈ, ਅਤੇ ਉਹਨਾਂ ਨੇ ਗੱਲ ਮੰਮੀ ਨਾਲ ਕੀਤੀ, ਫਿਰ ਮੈਂ ਗੱਲ ਕੀਤੀ ਆ, ਫਿਰ ਉਸ ਤੋਂ ਬਾਅਦ ਉਹਦੇ ਫੈਮਿਲੀ ਨੇ ਗੱਲ ਕੀਤੀ ਆ। ਫਿਰ ਜਿੱਦਾਂ ਮਤਲਬ ਵਿਆਹ ਦਾ ਜਦੋਂ ਅਰੇਂਜਮੈਂਟ, ਜਿਹੜੀ ਤਰੀਕ ਰੱਖੀ ਸੀਗੀ ਉਹਨਾਂ ਨੇ ਤਰੀਕ ਵੀ ਕਢਵਾਈ ਇਹੀ, ਅਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਕਿਹੜੀ ਤਰੀਕ ਰੱਖਣੀ ਆ, ਕਹਿੰਦੇ 12 ਮਾਰਚ ਰੱਖਣੀ ਆ ਵੀ 15 ਫਰਵਰੀ ਨੂੰ ਮੈਂ ਛੁੱਟੀ 'ਤੇ ਆ ਜਾਣਾ ਵਾ, ਅਤੇ 3 ਮਹੀਨੇ ਦੀ ਕਹਿੰਦੇ ਛੁੱਟੀ ਆਉਣਾ ਵਾ ਮੈਂ ਬਠਿੰਡੇ ਦੇ ਵਿੱਚ ਹੀ, ਕਹਿੰਦੇ ਮੈਂ ਕੋਠੀ 'ਚ ਉੱਥੇ ਰਹਿਣਾ ਵਾ। ਅਤੇ ਜਿੱਥੇ ਜਦੋਂ ਮਤਲਬ ਉਹ ਆਏ ਸੀ 15 ਫਰਵਰੀ ਨੂੰ, ਉਸ ਤੋਂ ਬਾਅਦ ਜਦੋਂ ਉਹਨਾਂ ਨੇ ਮੈਨੂੰ ਵੀਡੀਓ ਕਾਲ ਵਗੈਰਾ ਕੀਤੀ ਆ, ਮਤਲਬ ਘਰ ਵਿੱਚ ਹੀ ਬੈਠੇ ਸੀ, ਕਿਤੇ ਬਾਹਰ ਨਹੀਂ ਸੀਗੇ ਉਹ। ਅਤੇ ਉਸ ਤੋਂ ਬਾਅਦ ਜਿੱਦਾਂ ਹਲਵਾਈ ਦਾ ਜਿਹੜਾ ਵੀ ਸਮਾਨ ਵਗੈਰਾ ਲਿਆਉਂਦੇ ਆ ਆਪਣੇ ਵਿਆਹ ਦਾ, ਸਾਰਾ ਉਹਨੇ A to Z ਮੈਨੂੰ ਵੀਡੀਓ ਕਾਲ 'ਤੇ ਦਿਖਾਇਆ ਸੀ। ਕੋਈ ਡਿਮਾਂਡ ਨਹੀਂ ਸੀਗੀ, ਕਾਰਨ ਕੀ ਰਹਿ ਗਿਆ ਜਾਂ ਅੱਜ ਨਹੀਂ ਆਇਆ? ਉਹਦੀ ਉਹ ਕਹਿੰਦੇ ਕਿ ਮੇਰੀ ਮੰਮੀ ਨਹੀਂ ਮੰਨਦੇ ਹੈਗੇ, ਵੀ ਮੇਰੀ ਮੰਮੀ ਕਹਿੰਦੀ ਵੀ ਨਹੀਂ ਅਸੀਂ ਕਰਨਾ ਨਹੀਂ ਹੈਗਾ। ਪਰ ਉਹਦੀ ਫੈਮਿਲੀ ਇਹ ਗੱਲ ਬੋਲ ਰਹੀ ਆ ਕਿ ਸਾਡਾ ਮੁੰਡਾ ਕਹਿੰਦਾ ਸਾਡਾ ਕੋਈ ਤਾਲੁਕ ਨਹੀਂ ਆ, ਵੀ ਅਸੀਂ ਬਰਾਤ ਲੈ ਕੇ ਨਹੀਂ ਆਉਣਾ ਹੈਗਾ। ਉਹ ਇੱਦਾਂ ਕਹੀ ਜਾਂਦੇ ਜਦੋਂ ਅਸੀਂ ਕਿ ਸਾਡੇ ਸਾਹਮਣੇ ਗੱਲ ਕਰੋ, ਤੁਸੀਂ ਆਪਣੇ ਮੁੰਡੇ ਨੂੰ ਪੇਸ਼ ਕਰੋ। ਅਤੇ ਉਹਨਾਂ ਨੇ ਕੋਈ ਵੀ ਇੱਦਾਂ ਦੀ ਮਤਲਬ ਗੱਲ ਨਹੀਂ ਕੀਤੀ ਵੀ ਨਹੀਂ ਤੁਸੀਂ ਆਪਣੇ ਫੋਨ ਤੋਂ ਕਰੋ। ਫਿਰ ਜਦੋਂ ਸਵੇਰੇ ਉਹਨਾਂ ਦੇ ਘਰ ਗਏ ਹਾਂ, ਉਹਨਾਂ ਦੇ 4 ਬੰਦੇ ਸੀਗੇ ਜਿਹੜੇ ਉਹਨਾਂ ਨੇ ਹੀ ਘਰ ਬੁਲਾਏ ਸੀਗੇ, ਅਤੇ ਇੱਕ ਉਹਨਾਂ ਦੀ ਭਾਬੀ ਸੀਗੀ। ਅਤੇ ਉਹਨਾਂ ਚਾਰਾਂ ਨੇ ਹੈ ਨਾ ਇੱਦਾਂ ਹੱਥ ਕੁੱਟਮਾਰ ਕਰਨ ਲੱਗ ਗਿਆ, ਉਹਨਾਂ ਨੇ ਮੰਮੀ ਦੇ ਵੀ ਹੱਥ ਚੱਕਿਆ, ਮੇਰੇ ਵੀ ਹੱਥ ਚੱਕਿਆ, ਮੇਰੇ ਪੈਰ 'ਤੇ ਸੱਟ ਲੱਗੀ, ਉਹ ਜਿਹੜੀ ਤੁਰਨ ਵਾਲੀ ਖੁੰਡੀ ਹੁੰਦੀ ਆ ਉਹਦੇ ਨਾਲ ਉਹਨਾਂ ਨੇ ਪੈਰ 'ਤੇ ਮਾਰੀਆਂ, ਬਾਹਾਂ 'ਤੇ ਮਾਰੀਆਂ। ਗੱਲਬਾਤ ਹੋਈ ਆ ਫੋਨ 'ਤੇ? ਨਹੀਂ, ਅੱਜ ਕੋਈ ਗੱਲ ਨਹੀਂ ਹੋਈ, ਉਹਨੇ ਫੋਨ ਹੀ ਬੰਦ ਕੀਤੇ ਹੋਏ, ਕੋਈ ਫੋਨ ਨਹੀਂ ਚੱਕਦੇ ਪਏ, ਕੋਈ ਪਰਿਵਾਰ ਉਹਨਾਂ ਦੇ, ਕੋਈ ਨਹੀਂ ਫੋਨ ਚੱਕਦਾ, ਕੋਈ ਵੀ ਨਹੀਂ ਫੋਨ ਚੱਕਦਾ ਪਿਆ ਵਾ, ਸਾਰਿਆਂ ਨੇ ਨੰਬਰ ਬਲੌਕ ਕੀਤੇ ਹੋਏ ਆ, ਨੰਬਰ ਚੱਕਣ ਹੀ ਨਹੀਂ ਰਹੇ ਆ। ਫਿਰ ਉਸ ਤੋਂ ਬਾਅਦ ਜਦੋਂ ਅਸੀਂ ਕੰਪਲੇਂਟ ਕੀਤੀ ਆ ਉੱਥੇ, ਜਦੋਂ ਉਹਨਾਂ ਨੇ ਘਰੋਂ ਬਾਹਰ ਕੱਢ ਕੇ ਸਾਨੂੰ ਕੁੱਟਮਾਰ ਕਰਕੇ ਇਹਦੇ ਚੱਕ ਕੇ ਬਾਹਰ ਸਾਨੂੰ ਰੱਖਿਆ, ਉਹਨਾਂ ਨੇ ਗਲੀ ਦੇ ਵਿੱਚ ਲੰਮੇ ਪਾ ਦਿੱਤਾ ਉਹਨਾਂ ਨੇ। ਅਸੀਂ ਪੁਲਿਸ ਬੁਲਾ, ਉੱਥੇ ਪੁਲਿਸ ਉਹਨਾਂ ਨੇ ਬੁਲਾਈ, ਪੁਲਿਸ ਵਾਲਿਆਂ ਨੇ ਸਾਡੀ ਵੀਡੀਓ ਵੀ ਬਣਾਈ ਆ ਕਿ ਬਾਹਰ ਉਹਨਾਂ ਨੇ ਸੜਕ 'ਤੇ ਸਾਨੂੰ ਕੁੱਟਮਾਰ ਕਰਕੇ ਲੰਮੇ ਪਾਇਆ। ਜਦੋਂ ਪੁਲਿਸ ਸਾਨੂੰ ਉੱਥੇ ਥਾਣੇ 'ਚ ਲੈ ਗਈ, ਹੋਸਪਿਟਲ ਅਸੀਂ ਗਏ ਹਾਂ, ਅਤੇ ਪਹਿਲਾਂ ਉਹਨਾਂ ਨੇ ਸਾਡੀ ਵੀਡੀਓ ਬਣਾਈ, ਉਹਨਾਂ ਕੋਲ ਸਾਡੀ ਵੀਡੀਓ ਹੈਗੀ ਸੀ ਕੁੱਟਮਾਰ ਦੀ। ਉਸ ਤੋਂ ਬਾਅਦ ਜਦੋਂ ਅਸੀਂ ਉੱਥੇ ਜਾ ਕੇ ਗਏ ਹਾਂ, ਹੁਣ ਜਦੋਂ ਅਸੀਂ ਫੋਨ ਕਰੀਏ ਉਹਨਾਂ ਨੂੰ, SP ਨੂੰ ਫੋਨ ਕਰੀਏ ਜਾਂ ਉਹ ਥਾਣੇ ਦੇ ਵਿੱਚ ਫੋਨ ਕਰੀਏ, ਤਾਂ ਸਾਡੀ ਵੀਡੀਓ ਵੀ ਸੀ। ਜੇ ਕੋਈ ਬੰਦਾ, ਕੋਈ ਵੀ ਬੰਦਾ ਹੋਵੇ, ਜਨਾਨੀ ਤੋਂ ਕੋਈ ਹੱਥ ਨਹੀਂ ਚੱਕ ਸਕਦਾ, ਕਿਸੇ ਦਾ ਅਧਿਕਾਰ ਨਹੀਂ ਹੈਗਾ। ਅਤੇ ਜਦ ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਹਾਡੇ ਕੋਲ ਵੀਡੀਓ ਸੀਗੀ, ਵੀ ਤੁਸੀਂ ਇਹਨਾਂ ਦੇ ਖਿਲਾਫ਼ ਕਿਉਂ ਨਹੀਂ ਐਕਸ਼ਨ ਲਿਆ, ਉਹ ਕਹਿੰਦੇ ਸਾਡੇ ਕੋਲ ਤਾਂ ਵੀਡੀਓ ਹੀ ਹੈ ਨਹੀਂ। ਜਦ ਤੁਹਾਨੂੰ ਪਤਾ ਸੀ ਕਿ ਉਸ ਦਿਨ ਪੰਗਾ ਪੈ ਚੁੱਕਿਆ, ਫਿਰ ਤੁਸੀਂ ਇੱਥੇ ਕਿਉਂ ਆਏ ਪੈਲੇਸ 'ਚ? ਨਹੀਂ, ਉਹਨਾਂ ਨੇ ਮਤਲਬ ਉੱਥੇ ਪੁਲਿਸ ਥਾਣੇ ਦੇ ਵਿੱਚ ਜਦੋਂ ਅਸੀਂ ਕੰਪਲੇਂਟ ਕੀਤੀ ਸੀ, ਉਹਨਾਂ ਨੇ ਇਹ ਗੱਲ ਕਹੀ ਸੀ ਵੀ ਤੁਸੀਂ ਆਪਣਾ ਅਰੇਂਜਮੈਂਟ ਰੱਖੋ ਵੀ ਮੁੰਡਾ ਅਸੀਂ ਲੈ ਕੇ ਆਵਾਂਗੇ। ਕਿਹਨੇ ਕਿਹਾ? ਉੱਥੇ ਪੁਲਿਸ ਥਾਣੇ ਦੇ ਜਿਨ੍ਹਾਂ ਨੇ ਬਿਆਨ ਲਏ ਸੀਗੇ, ਪੁਲਿਸ ਵਾਲਿਆਂ ਨੇ? ਹਾਂਜੀ, ਪੁਲਿਸ ਵਾਲਿਆਂ ਨੇ ਇਹ ਗੱਲ ਬੋਲੀ ਸੀ, ਬਰਨਾਲੇ ਦੇ ਸਦਰ ਥਾਣੇ ਦੇ ਆ ਉਹ ਜਿਨ੍ਹਾਂ ਨੇ ਬਿਆਨ ਲਏ ਸੀ ਹੋਸਪਿਟਲ ਦੇ ਵਿੱਚ ਬੈਠ ਕੇ, ਅਤੇ ਇੱਕ ਜਿਹੜੇ ਸਾਨੂੰ ਲੈ ਕੇ ਆਏ ਸੀ ਗੱਡੀ ਦੇ ਵਿੱਚ, ਉਹਨਾਂ ਨੇ ਕਹਿੰਦੇ ਤੁਸੀਂ ਟੈਨਸ਼ਨ ਨਾ ਲਓ ਵੀ ਅਸੀਂ ਮੁੰਡਾ ਲੈ ਕੇ ਆਵਾਂਗੇ, ਤੁਸੀਂ ਕਹਿੰਦੇ ਸਾਰਾ ਆਪਣਾ ਅਰੇਂਜਮੈਂਟ ਕਰੋ। ਫਿਰ ਪੁਲਿਸ ਵਾਲਿਆਂ ਨੂੰ ਫੋਨ ਕੀਤਾ? ਅਸੀਂ ਫੋਨ ਕੀਤਾ ਸੀ, ਅਤੇ ਜਦੋਂ ਸਵੇਰੇ ਸਾਡੀ ਗੱਲ ਹੋਈ ਆ, ਪਹਿਲਾਂ SP ਨਾਲ ਗੱਲ ਹੋਈ ਆ, ਅਸੀਂ ਉਹਨਾਂ ਨੂੰ ਸਾਫ਼ ਦੱਸਿਆ ਵੀ ਨਾਮ ਕੀ ਹੈ, SP ਦਾ ਨਾਮ ਭੁੱਲਰ ਸਿੰਘ ਆ ਕੁਛ, ਅਤੇ ਉਹਨਾਂ ਨੇ ਕਿਹਾ ਵਾ ਵੀ ਠੀਕ ਆ। ਅਸੀਂ ਉਹਨਾਂ ਨੂੰ ਦੱਸਿਆ ਵੀ ਸਾਡੇ ਤਾਂ ਪੈਲਸ ਦੇ ਵਿੱਚ ਸਾਰੇ ਰਿਸ਼ਤੇਦਾਰ ਆਏ ਹੋਏ ਆ, ਵੀ ਅਸੀਂ ਲੋਕਾਂ ਨੂੰ ਕੀ ਜਵਾਬ ਦੇਣਾ ਵਾ। ਜਦ ਅਸੀਂ ਉਹਨਾਂ ਨੂੰ ਇੰਨੀ ਗੱਲ ਬੋਲੀ ਆ, ਕਹਿੰਦਾ ਅੱਛਾ ਠੀਕ ਆ, ਕਹਿੰਦੇ ਅਸੀਂ ਤਾਂ ਡਿਟੇਲ ਕਢਾਉਂਦੇ ਫਿਰਦੇ ਹਾਂ ਵੀ ਕੌਣ ਸੱਚਾ ਕੌਣ ਝੂਠਾ, ਕਹਿੰਦੇ ਤੁਸੀਂ SHO ਨਾਲ ਗੱਲ ਕਰੋ, ਵੀ ਇੰਨੀ ਪੁਰਾਣੀ ਕਹਿੰਦੇ ਕੋਈ ਵੀ ਕਿਸੇ ਵੀ ਚੀਜ਼ ਦੀ ਡਿਟੇਲ ਨਹੀਂ ਨਿਕਲ ਸਕਦੀ ਕਿ ਮੁੰਡਾ ਤਾਂ ਕਹਿੰਦੇ ਬੇਕਸੂਰ ਆ। ਹੁਣ ਤੁਸੀਂ ਅਗਲੀ ਕਾਰਵਾਈ ਤੁਹਾਡੀ ਕੀ ਹੋਏਗੀ?
ਬਸ ਇਹੀ ਮੈਂ ਚਾਹੁੰਦੀ ਹਾਂ ਕਿ ਮੈਨੂੰ ਇਨਸਾਫ ਮਿਲਣਾ ਚਾਹੀਦਾ, ਮੁੰਡਾ ਸਾਹਮਣੇ ਪੇਸ਼ ਹੋਣਾ ਚਾਹੀਦਾ ਵਾ। 3 ਸਾਲ ਹੋ ਗਏ ਆ, ਉਹ ਮਤਲਬ ਉਹਨਾਂ ਦੀ ਫੈਮਿਲੀ ਝੂਠ ਬੋਲੀ ਜਾਂਦੀ ਆ ਵੀ ਆਹ ਕੁਛ ਹੋਇਆ ਨਹੀਂ ਆ, ਵੀ ਇੱਦਾਂ ਕੁਛ। ਮਤਲਬ ਆਪਣੇ ਏਰੀਆ 'ਚ ਕੋਈ ਕੰਪਲੇਂਟ ਕੀਤੀ ਪੁਲਿਸ ਵਾਲਿਆਂ ਨੂੰ ਇੱਥੇ? ਅਸੀਂ ਇੱਥੇ ਨਵਾਂਸ਼ਹਿਰ SSP ਕੋਲ ਕੰਪਲੇਂਟ ਕੀਤੀ ਆ ਗੱਲ। ਕੱਲ ਕਰਦੇ ਹੋ ਤੁਸੀਂ? ਹਾਂਜੀ, ਕੱਲ ਕੀਤੀ ਆ। ਹੁਣ ਕੋਈ ਫੋਨ ਤੁਹਾਨੂੰ ਕੋਈ ਫੋਨ ਆਇਆ ਪੁਲਿਸ ਵਾਲੇ ਨੇ ਕਿਸੇ ਦਾ? ਸਾਨੂੰ ਕਿਸੇ ਦਾ ਨਹੀਂ ਆਇਆ, ਇੱਕ 112 ਨੰਬਰ 'ਤੇ ਇੱਕ ਕਾਲ ਕੀਤੀ ਸੀਗੀ ਉਹਨਾਂ ਨੂੰ, ਅਤੇ ਉਹਨਾਂ ਨੂੰ ਅਸੀਂ ਦੁਬਾਰਾ ਕੀਤੀ ਸੀਗੀ, ਉਹਨਾਂ ਨੇ ਫਿਰ ਬਰਨਾਲੇ ਤੋਂ SHO ਤੋਂ ਕਰਵਾਇਆ ਸੀ। SHO ਨੇ ਮੈਂ ਸਾਰੀ ਗੱਲ ਫਿਰ ਦੱਸੀ ਆ, ਅਤੇ ਫਿਰ ਮੈਂ ਉਹਨਾਂ ਨੂੰ ਇਹ ਵੀ ਪੁੱਛਿਆ ਕਿ ਜਦੋਂ ਕੁੱਟਮਾਰ ਕੀਤੀ ਸੀ ਤੁਸੀਂ ਉਹਨਾਂ ਨੂੰ ਕਾਹਤੋਂ ਕੁਛ ਨਹੀਂ ਬੋਲੇ ਹੈਗੇ, ਵੀ ਜਿਹੜੇ ਬੰਦੇ ਨੇ ਤੁਹਾਡੇ ਨੇ ਵੀਡੀਓ ਬਣਾਈ ਸੀ ਉਹ ਬੰਦਾ ਬਾਅਦ 'ਚ ਵੀਡੀਓ ਡਿਲੀਟ ਕਰਕੇ ਕਹਿੰਦਾ ਮੈਂ ਤਾਂ ਕੋਈ ਵੀਡੀਓ ਹੀ ਨਹੀਂ ਬਣਾਈ ਹੈਗੀ, ਜਦ ਕਿ ਉਹਨੇ ਸਾਨੂੰ ਸਾਰਿਆਂ ਨੂੰ ਵੀਡੀਓ 'ਤੇ ਬੰਦੇ ਖੜ੍ਹੇ ਸੀ ਉਹਨਾਂ ਨੂੰ ਵੀ ਦਿਖਾਈ ਆ, ਅਤੇ ਉਹ ਕਹਿੰਦੇ ਨਹੀਂ ਸਾਨੂੰ ਪਤਾ ਨਹੀਂ। ਮੈਂ ਕਿਹਾ ਫਿਰ ਤਾਂ ਉਹ ਪੈਸੇ ਖਾ ਗਿਆ ਹੋਊਗਾ ਉਹਨਾਂ ਕੋਈ, ਜਿਹੜੀ ਉਹਨੇ ਵੀਡੀਓ ਡਿਲੀਟ ਕਰ ਦਿੱਤੀ ਆ, ਅਤੇ ਵੀ ਤੁਸੀਂ ਤਾਂ ਉਹਨਾਂ ਨਾਲ ਰਲੇ ਮਿਲੇ ਆ। ਜਦੋਂ ਅਸੀਂ ਰਾਤ ਨੂੰ ਸਰ ਕੰਪਲੇਂਟ ਕਰਨ ਗਏ ਹਾਂ ਉੱਥੇ, ਵੀ ਇੱਕ ਬੰਦੇ ਨੇ ਉੱਥੇ ਪਹਿਚਾਣ ਕੀਤੀ ਆ, ਵੀ ਕਹਿੰਦੇ ਲਖਵੀਰ ਸੇ ਤੁਸੀਂ ਫੋਟੋ ਦਿਖਾਈਓ। ਜਦੋਂ ਮੈਂ ਫੋਟੋ ਦਿਖਾਈ ਮੁੰਡੇ ਦੀ ਅਤੇ ਮੁੰਡੇ ਦੇ ਘਰਦਿਆਂ ਦੀ, ਮੁੰਡਾ ਪਹਿਲਾਂ ਪੁਲਿਸ ਵਾਲਾ ਕਹਿੰਦਾ ਵੀ ਹਾਂ ਮੈਂ ਜਾਣਦਾ ਵਾਂ, ਮੈਂ ਠੀਕਰੀਵਾਲ ਤੋਂ ਹੀ ਹਾਂ, ਅਤੇ ਉਹਨੇ ਇਹ ਗੱਲ ਬੋਲੀ ਆ। ਫਿਰ ਬਾਅਦ ਵਿੱਚ ਕਹਿੰਦਾ ਨਹੀਂ, ਕਹਿੰਦਾ ਜਾਣ ਪਛਾਣ ਤਾਂ ਨਹੀਂ, ਵੈਸੇ ਮੈਂ ਠੀਕਰੀਵਾਲ ਤੋਂ, ਪਰ ਕਹਿੰਦਾ ਮੈਨੂੰ ਪਤਾ ਨਹੀਂ ਆ। ਫਿਰ ਉਸ ਬੰਦੇ ਤੋਂ ਹੀ ਸਾਰੀ ਗੱਲ ਰਾਤ ਨੂੰ ਹੋਈ ਕਿ ਹਾਂ ਵੀ ਤੁਹਾਡੇ ਫੈਮਿਲੀ ਦੇ ਵਿੱਚ ਕੋਈ ਆਉਣਾ, ਜਦੋਂ ਅਸੀਂ ਸਵੇਰੇ ਗਏ ਉਹਨਾਂ ਨੇ ਪਹਿਲੇ ਬੰਦੇ ਉੱਥੇ ਇਕੱਠੇ ਕੀਤੇ ਹੋਏ ਸੀਗੇ। ਹੁਣ ਤੁਸੀਂ ਪੁਲਿਸ ਨੂੰ ਦੁਬਾਰਾ ਫੋਨ ਕਰੋਗੇ? ਉਹ ਕੋਈ ਫੋਟੋ ਹੈਗਾ ਮੁੰਡੇ ਦਾ ਤੁਹਾਡੇ ਕੋਲ? ਹਾਂਜੀ, ਫੋਟੋ ਵੀਡੀਓ ਸਭ ਕੁਝ ਹੈਗਾ ਮੇਰੇ ਕੋਲ। ਫੋਟੋ ਵੀ ਆ? ਹਾਂਜੀ, ਫੋਟੋ ਵੀ, ਵੀਡੀਓ ਵਾ, ਜਿਹੜੇ ਪੈਸੇ ਟ੍ਰਾਂਜੈਕਸ਼ਨ ਹੋਈ ਆ ਸਾਰੇ ਉਹਨੇ, ਜਿਹੜੇ ਨਹੀਂ ਟ੍ਰਾਂਜੈਕਸ਼ਨ ਪੈਸਾ ਤੁਸੀਂ ਦਿੱਤੇ ਉਹਨਾਂ ਨੂੰ? ਹਾਂਜੀ, ਜਿੱਦੇ ਪੈਸੇ, ਮਤਲਬ ਅਸੀਂ ਮੈਂ ਆਨਲਾਈਨ ਕੰਮ ਕਰਦੀ ਸੀਗੀ ਸ਼ੇਅਰ ਚੈਟ ਤੇ, ਮਹੀਨੇ ਦੀ ਪੇਮੈਂਟ ਕਾਫੀ ਉਹਦੇ ਵਿੱਚ ਆ ਜਾਂਦੀ ਸੀ। ਕਿੰਨੇ ਪੈਸੇ ਦੇ ਚੁੱਕੇ ਤੁਸੀਂ ਮੁੰਡੇ ਨੂੰ? ਹਾਂਜੀ, ਕਿੰਨੇ ਕ ਪੈਸੇ ਦੇ ਚੁੱਕੇ ਤੁਸੀਂ? ਮਤਲਬ ਉਹਨੂੰ 20 ਪਲੱਸ ਹੀ ਦੇ ਚੁੱਕੀ ਆ। 20 ਕੀ? 20-25 ਲੱਖ ਪਲੱਸ ਮੈਂ ਦੇ ਚੁੱਕੀ ਆ। 25 ਲੱਖ? ਹਾਂਜੀ, ਸ਼ੇਅਰ ਚੈਟ ਤੇ ਜਿੱਦਾਂ ਏਜੰਸੀ ਚੱਲਦੀ, ਮੰਥਲੀ ਉਹਦੀ ਪੇਮੈਂਟ 7 ਲੱਖ ਆਉਂਦੀ ਆ, 6 ਲੱਖ ਆਉਂਦੀ ਆ, 5 ਲੱਖ ਵੀ ਆਉਂਦੀ ਆ। ਉਹਦੀ ਟ੍ਰਾਂਜੈਕਸ਼ਨ ਵੀ ਮੈਂ ਸਾਰੀ ਕਢਵਾ ਦੂੰਗੀ, ਕਿਉਂਕਿ ਉਹਨਾਂ ਨੇ ਇਹ ਚਲਾਕੀ ਕੀਤੀ ਆ ਵੀ ਜਿਹੜੀ ਸ਼ੇਅਰ ਚੈਟ ਤੇ ਜਿੱਦਾਂ ਪ੍ਰੂਫ ਲਾਏ ਸੀ ਉਹਨੇ ਆਪਣੇ ਨਹੀਂ ਲਾਏ, ਉਹਨੇ ਆਪਣੀ ਸਿਸਟਰ ਮਾਮੇ ਦੀ ਕੁੜੀ ਬਲਜੀਤ ਕੌਰ ਦੇ ਲਾਏ ਸੀਗੇ। ਜਿੰਨੀ ਵੀ ਪੇਮੈਂਟ ਆਉਂਦੀ ਸੀ, ਇੱਕ ਵਾਰੀ 7 ਲੱਖ ਆਈ ਆ, 8 ਲੱਖ ਆਈ ਆ, 9 ਲੱਖ ਵੀ ਆਈ ਆ ਇੱਥੇ ਤੱਕ। ਬੈਂਕ ਰਾਹੀਂ ਪੈਸੇ ਆਉਂਦੇ ਸੀਗੇ ਉਹ, ਅਤੇ ਜਿੱਦਾਂ ਆਨਲਾਈਨ ਪੇਮੈਂਟ ਮੈਂ ਇਹਨੂੰ ਕਰਦੀ ਸੀ, ਇਹਨੇ ਬੋਲਿਆ ਸੀ ਮੈਨੂੰ ਬਲੱਡ ਕੈਂਸਰ ਆ, ਮੈਨੂੰ ਬਲੱਡ ਚੜ੍ਹਨਾ ਵਾ। ਹਾਂ, ਝੂਠ ਬੋਲਿਆ, ਇਹ ਸੱਚ ਨਹੀਂ, ਉਹਦੇ ਘਰ ਦੇ ਕਹਿੰਦੇ ਉਹਨੂੰ ਬਲੱਡ ਹੈ ਹੀ ਨਹੀਂ ਹੈਗਾ, ਅਤੇ ਮੈਨੂੰ ਕਹਿੰਦਾ ਬਲੱਡ ਕੈਂਸਰ ਆ, ਮੇਰੇ ਬਲੱਡ ਚੜ੍ਹਨਾ ਵਾ, ਇੰਜੈਕਸ਼ਨ ਲੱਗਣਾ, ਮੇਰੇ ਪੇਨ ਹੁੰਦੀ ਆ, ਮੈਨੂੰ ਇੰਨੇ ਪੈਸੇ ਪਾ ਦੇ, ਮੈਂ ਹੋਸਪਿਟਲ ਆ। ਉਹਨੇ ਹਾਂਜੀ 10-10 ਦਿਨ ਹੋਸਪਿਟਲ ਦੇ ਵਿੱਚ ਰਹਿ ਕੇ ਉਹਨੇ ਡੇਲੀ ਦਾ 40,000, 60,000, 80,000 ਇੱਦਾਂ ਪਵਾ ਸੀ। ਮੇਰੇ ਕੋਲ ਸਾਰੇ ਪ੍ਰੂਫ ਪਏ ਆ, ਜਿਹੜੇ ਮੈਂ ਜਿਹੜੀ ਬੈਂਕ ਤੋਂ ਮੈਂ ਟ੍ਰਾਂਸਫਰ ਕੀਤੇ ਹੋਏ ਆ, UPI ID ਰਾਹੀਂ, Paytm ਰਾਹੀਂ ਮੈਂ ਕੀਤੇ ਹੋਏ ਉਹਨੂੰ, Google Pay, ਉਹ ਸਾਰੇ ਕੁਛ ਹੈਗਾ ਵਾ ਮੇਰੇ ਕੋਲ। ਫਿਰ ਵੀ ਉਹ ਕਹਿੰਦੇ ਸਾਡੇ ਮੁੰਡੇ ਨੇ ਤਾਂ ਕੁਛ ਕੀਤਾ ਹੀ ਨਹੀਂ, ਬਟ ਉਹਦੇ ਫੈਮਿਲੀ ਮੈਂਬਰ ਹੀ ਇਹ ਗੱਲ ਬੋਲ ਰਹੇ ਆ। ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਆਪਣਾ ਮੁੰਡਾ ਇੱਕ ਵਾਰ ਸਾਹਮਣੇ ਲਿਆ ਕੇ ਗੱਲ ਕਰੋ, ਬੈਠ ਕੇ ਪਰ ਕੋਈ ਕਰਦਾ ਹੀ ਨਹੀਂ ਪਿਆ, ਪਰ ਉਹਨਾਂ ਨੇ ਮਤਲਬ ਕੁੱਟਮਾਰ ਕੀਤੀ। ਉਹ ਕਹਿੰਦੇ ਜਿੱਥੇ ਤੱਕ ਤੁਸੀਂ ਭੱਜਣਾ, ਜੋ ਕਰਨਾ ਕਰ ਲਓ, ਵੀ ਇੱਥੇ ਅਸੀਂ ਕੁਛ ਨਹੀਂ ਹੋਣ ਦੇਣਾ ਵਾ, ਨਾ ਕਹਿੰਦੇ ਕੁਛ ਹੋਣਾ ਵਾ ਤੁਹਾਡੇ ਤੋਂ। ਰਣਜੀਤ ਕੌਰ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਤੁਹਾਡੀ ਕੁੜੀ ਦਾ ਜੇ ਇੱਥੇ ਤੁਸੀਂ ਵਿਆਹ ਕਰਵਾਸੇ ਸੀ, ਮੁੰਡੇ ਨਹੀਂ ਪਹੁੰਚੇ, ਤੇ ਫੈਮਿਲੀ ਪੂਰਾ ਪਰਿਵਾਰ ਜੋ ਵਾਅਦਾ ਕੀਤਾ ਸੀ, ਹੁਣ ਤੁਸੀਂ ਕੀ ਕਰੋਗੇ, ਕੀ ਕਹਿਣਾ ਚਾਹੁੰਦੇ ਹੋ? ਮੈਂ ਇਹ ਚਾਹੁੰਦੀ ਹਾਂ ਵੀ ਉਹਨਾਂ ਨੂੰ ਜਿੱਦਾਂ ਸਾਡੀ ਗੁੱਡੀ ਛੱਡੀ ਆ ਨਾ, ਇੱਦਾਂ ਹੀ ਉਹਨਾਂ ਨਾਲ ਹੋਵੇ। ਕਿੱਦਾਂ ਤੋਂ ਹੋਵੇ ਮਤਲਬ? ਮਤਲਬ ਸਾਨੂੰ ਇਨਸਾਫ ਚਾਹੀਦਾ, ਜਿੱਦਾਂ ਮੈਨੂੰ ਕੁੱਟਮਾਰ ਕੀਤਾ, ਬਹੁਤ ਕੁਛ ਕੀਤਾ, ਉੱਦਾਂ ਹੀ ਅਸੀਂ ਕਰਨਾ ਚਾਹੁੰਦੇ ਹਾਂ ਉਹਨਾਂ ਨਾਲ। ਉੱਥੇ ਤੁਹਾਨੂੰ ਇਨਸਾਫ ਮਿਲਿਆ ਜੀ? ਨਹੀਂ ਮਿਲਿਆ ਸਾਨੂੰ। ਤਾਂ ਹੁਣ ਤੁਸੀਂ ਨਵਾਂ ਸੱਚ ਕੀ ਕਰੋਗੇ? ਕੰਪਲੇਂਟ ਕਰੋਗੇ ਪੁਲਿਸ ਨੂੰ? ਕੀਤਾ ਕਿ? ਹਾਂਜੀ, ਕੀਤੀ ਆ। ਕੀ ਕਹਿੰਦੇ ਪੁਲਿਸ ਵਾਲੇ? ਪੁਲਿਸ ਵਾਲੇ ਕਹਿੰਦੇ ਅਸੀਂ ਕਰਾਂਗੇ ਇਨਸਾਫ ਕਰਾਂਗੇ। ਪਰ ਸਰ ਕਈ ਜਾਂਦੇ ਸਰ, ਤੁਹਾਨੂੰ ਪਤਾ ਹੈ ਕਿ ਤੁਹਾਡੀ ਕੁੜੀ ਨਾਲ ਰਿਲੇਸ਼ਨ ਸੀ ਕਿ? ਤੁਹਾਨੂੰ ਪਤਾ, ਤੁਸੀਂ ਜਾਣਦੇ ਸੀ ਇਹਨਾਂ ਨੂੰ? ਮੈਨੂੰ ਬਾਅਦ 'ਚ ਸਰ ਪਤਾ ਲੱਗਿਆ, ਜਿੱਦਣ ਵਿਆਹ ਦੀ ਗੱਲ ਕਰਾਈ ਆ, ਮੇਰੇ ਨਾਲ ਮੁੰਡੇ ਨੇ ਵੀ ਗੱਲ ਕੀਤੀ ਆ, ਅਤੇ ਫੈਮਿਲੀ ਦਾ ਵੀ ਮੈਂ ਪੁੱਛਿਆ, ਫੋਟੋ ਵੀ ਤੱਕਰ ਵੀ ਹੈਗੀਆਂ, ਕੁੜੀ ਦੇ ਵੀਡੀਓ ਕਾਲ ਵੀ ਪਈਆਂ। ਤੁਹਾਨੂੰ ਪਤਾ ਲੱਗਿਆ ਤੁਹਾਡੀ ਕੁੜੀ ਨੇ ਇੰਨਾ 20-25 ਲੱਖ ਰੁਪਏ ਦੇ ਚੁੱਕੀ ਆ ਉਹਨੂੰ? ਸਰ ਮੈਨੂੰ ਨਾ ਥੋੜ੍ਹੇ ਚਿਰ ਦਾ ਪਤਾ ਸੀ ਵੀ ਪੈਸੇ ਦਿੱਤੇ ਆ, ਜਿੱਦਾਂ ਇਹਨਾਂ ਦੀ ਪੇਮੈਂਟ ਆਉਂਦੀ ਸੀ ਵੀ ਨਾਲ ਕੰਮ ਕਰਦੇ, ਇੱਦਾਂ ਨਹੀਂ ਪਤਾ ਸੀਗਾ ਵੀ ਬਾਕੀ ਇਹ ਪੈਸੇ ਉਹਨੂੰ ਸਾਰੇ ਆਪਣੇ ਵੀ ਦੇ ਜਾਂਦੇ ਆ। ਹੁਣ ਤੁਸੀਂ ਕੀ ਇਨਸਾਫ ਕੀ ਮੰਗ ਕਰਦੇ ਹੋ?
ਮੈਨੂੰ ਇਨਸਾਫ ਮਿਲਣਾ ਚਾਹੀਦਾ, ਮੇਰੀ ਕੁੜੀ ਨੂੰ ਮਿਲਣਾ ਚਾਹੀਦਾ। ਹੁਣ ਜਿਹੜੇ ਲੋਕ ਆਏ ਨੇ, ਰਿਸ਼ਤੇਦਾਰ ਤੁਹਾਡੇ ਨੇ, ਜਾਣ ਪਹਿਚਾਣ, ਤਾਂ ਉਹਨਾਂ ਨੂੰ ਕੀ ਕਹੋਗੇ, ਕੀ ਦੱਸੋਗੇ? ਸਾਡੀ ਬਹੁਤ ਸਾਰ ਬਦਨਾਮੀ ਹੋ ਗਈ। ਮੈਂ ਉਹਨੂੰ ਘੜੀਸਣਾ ਚਾਹੁੰਦੀ ਹਾਂ ਵੀ ਮੀਡੀਆ 'ਚ ਜਿੱਦਾਂ ਮੇਰੇ ਨਾਲ ਹੋਈ ਆ, ਇੱਦਾਂ ਹੀ ਮੈਂ ਮੀਡੀਆ 'ਚ ਲੈ ਕੇ ਉਹਨੂੰ ਵੀ ਇੱਦਾਂ ਹੀ ਕਰਨਾ ਚਾਹੁੰਦੀ ਹਾਂ। ਬਸ ਡਿਊਟੀ, ਬਸ ਉਹ ਜੋਬ ਤੋਂ ਲਿੱਥ ਜਾਵੇ, ਜਿੰਨਾ ਮੇਰਾ ਪੈਸਾ ਲੱਗਿਆ ਪੈਲਸ ਦਾ ਸਾਰਾ ਮੇਰਾ ਖਰਚਾ ਦੇਵੇ। ਜਿੱਦਾਂ ਮੇਰੀ ਕੁੜੀ ਦੀ ਇੱਜ਼ਤ ਬਰਬਾਦ ਹੋਈ ਆ, ਇੱਦਾਂ ਹੀ ਮੈਂ ਚਾਹੁੰਦੀ ਹਾਂ। ਉਹਦੀ ਕੁੜੀ ਵੀ ਬਾਹਰੋਂ ਆਉਣੀ ਚਾਹੀਦੀ ਸਰ।